ਇਸੇ ਕਰਕੇ ਜੀ ਅਸੀਂ ਸਰਚ ਅਭਿਆਨ ਸ਼ੁਰੂ ਕੀਤੇ ਹੋਏ ਆ। ਅਸੀਂ ਪਬਲਿਕ ਨੂੰ ਵੀ ਅਸੀਂ ਅਵੇਅਰ ਕਰ ਰਹੇ ਹਾਂ ਵੀ ਇਸ ਚੀਜ਼ ਦਾ ਕੋਈ ਫਾਇਦਾ ਨਹੀਂ, ਮਾਮੂਲੀ ਜੇ ਸ਼ੌਂਕ ਨਾਲ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ। ਇਸੇ ਕਰਕੇ ਵੀ ਦੁਕਾਨਾਂ ਵਾਲੇ ਨੇ ਸਖ਼ਤੀ ਨਾਲ ਕਿਹਾ ਵਾ ਵੀ ਥੋੜ੍ਹੇ ਜਿਹੇ ਫਾਇਦੇ ਵਾਸਤੇ ਕਿਸੇ ਦੀਆਂ ਜਾਨਾਂ ਦਾ ਮੁੱਲ ਨਾ ਲਓ। ਤਲਾਸ਼ੀ ਦੌਰਾਨ ਨਹੀਂ ਸਾਨੂੰ ਹਾਲੇ ਕੋਈ ਸਰਚ ਦੌਰਾਨ ਕੁਛ ਮਿਲਿਆ ਨਹੀਂ, ਹਾਲੇ ਫਿਰ ਵੀ ਸਾਡੀ ਸਰਚ ਜਾਰੀ ਹੈ। ਇੰਚਾਰਜ CI ਵੀ ਮੇਰੇ ਨਾਲ ਨੇ ਅਤੇ ਅਸੀਂ ਬਕਾਇਦਾ ਪੂਰੀ ਡੰਘਾਈ ਨਾਲ ਦੁਕਾਨਾਂ 'ਤੇ ਸਰਚ ਕਰ ਰਹੇ ਹਾਂ। ਜੇ ਕੋਈ ਸਾਡੇ ਹੱਥ ਕਿਹੋ ਜਿਹੀ ਚੀਜ਼ ਲੱਗੀ ਤਾਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਬਿਲਕੁਲ, ਇਹ ਲਗਾਤਾਰ ਸਾਡੀ ਡੇਲੀ ਪ੍ਰੋਸੈਸ ਚੱਲ ਰਿਹਾ ਵਾ, ਡੇਲੀ ਸਰਚਾਂ ਹੋਣਗੀਆਂ ਜੀ, ਐਵੇਂ ਸਰਚ ਕਰਨਾ। ਧੰਨਵਾਦ ਜੀ।